ਲੱਗੀ ਜੇ ਇਸ ਵਾਰ ਵੀ ਤੂੰ ਕੁਝ ਨਾ ਕੀਤਾ ਤੇ 2020 ਤੇਰਾ ਇੱਦਾਂ ਹੀ ਲੱਗ ਜਾਣਾ ਆ ਇਸ ਵਾਰ ਕੁਝ ਕਰਨਾ ਪੈਣਾ ਆ ਐਵੇਂ ਨਹੀਂ ਤੇਰੀ ਬੱਲੇ ਬੱਲੇ ਹੋਣੀ ਉਹ ਕੁਝ ਨਾ ਕੁਝ ਤਾਂ ਸਿੱਖ ਲੈ ਇੱਥੋਂ ਤੱਕ ਕੀ ਰਿਸਪੈਕਟ ਕਰਨੀ ਤੇ ਕਰੋਗੀ ਓਹੋ ਆਪਣੀਆਂ ਲੈ ਕੇ ਬਹਿ ਗਏ ਫਿਰ ਸਤਿ ਸ੍ਰੀ ਅਕਾਲ ਲੈ ਗਈ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲੱਕੀ ਜੋ ਹਮੇਸ਼ਾ ਰਿਹਾ ਅਨਲੱਕੀ ਪਰ ਹੁਣ ਨਹੀਂ ਉਹ ਹੁਣ ਤਾਂ ਲੱਕੀ ਜੱਟ ਨੇ ਕੁਝ ਨਾ ਕੁਝ ਕਰਨਾ ਹੀ ਹੈ ਉਹ ਬਾਈ ਜਿਹੜਾ ਹੁੰਦਾ ਆ ਅਨਾਥ ਨਾ ਬੋਲ ਕੇ ਚੱਲ ਜਾਂਦਾ ਆ ਓਹੋ ਉਹ ਥੋੜੀ ਬਹੁਤਾ ਸ਼ਰੀਕੇ ਦੇ ਵਿੱਚ ਇੱਜ਼ਤ ਆ ਉਹਨੂੰ ਤਾਂ ਮੇਨਟੇਨ ਕਰ ਲੈਂਦੇ ਹੋ ਪਰ ਕਿੱਥੇ ਤੁਸੀਂ ਤਾਂ ਕਰਨ ਹੀ ਨਹੀਂ ਦੇਣੀ ਕੋਈ ਗੱਲ ਨਹੀਂ ਪਰ ਇਸ ਵਾਰ ਤਾਂ ਬਾਈ ਸੋਚ ਲੈ ਆ ਇੱਜ਼ਤ ਕਿੱਦਾਂ ਕਰਨੀ ਆ ਤੇ ਕਿੱਦਾਂ ਕਰਾਉਣੀ ਆ ਇਹ ਤਾਂ ਬਾਈ ਸਮਝ ਆ ਗਿਆ ਤੇ ਇਹ ਤਾਂ ਸਮੇਂ ਪਤਾ ਕਿੱਥੋਂ ਲੱਗੀ ਆ ਸਿੱਪੀ ਗੱਲ ਬਾਈ ਤੋਂ ਮਤਲਬ ਕਿ ਉਹਨਾਂ ਦਾ ਗਾਣਾ ਆਇਆ ਜੀ ਰਿਸਪੈਕਟ ਜਿਹਨੂੰ ਗਾਇਆ ਜੀ ਸਿੱਪੀ ਗੱਲ ਬਾਈ ਨੇ ਮਿਊਜ਼ਿਕ ਕੀਤਾ ਹੈ ਜੀ ਦੀਪ ਜੰਡੂ ਨੇ ਤੇ ਲਿਖਿਆ ਹੈ ਜੀ ਸੁਲੱਖਣ ਚੀਮਾ ਨੇ ਤੇ ਵੀਡੀਓ ਕੀਤੀ ਹੈ ਜੀ ਬੀ ਟੂਗੈਦਰ ਪ੍ਰੋਜ਼ ਨੇ ਤੇ ਗਾਣਾ ਰਿਲੀਜ਼ ਕੀਤਾ ਗਿਆ ਜੀ 10 ਮਿੰਟ ਰੈਕਰਡਸ ਵੱਲੋਂ ਬਾਕੀ ਲੱਕੀ ਜੱਟ ਦਾ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਕਿ 2020 ਦਾ ਰੈਜ਼ੋਲੂਸ਼ਨ ਕੀ ਆ ਬਸ ਇਸ ਵਾਰ ਰਿਸਪੈਕਟ ਕਰਨੀ ਤਾਂ ਸਿੱਖ ਹੀ ਲੈਣੀ ਹੈ ਤੇ ਕਰਵਾਣੀ ਵੀ ਆ ਜਾਣੀ ਹੈ ਬਾਕੀ ਹੁਣ ਤੁਸੀਂ ਗਾਣਾ ਸੁਣੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਥੋੜੀ ਬਹੁਤ ਇੱਜ਼ਤ ਕਰਿਆ ਕਰੋ ਤਾਂ ਜੋ ਤੁਹਾਨੂੰ ਵੀ ਮਿਲ ਸਕੇ